ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਅੱਜ ਸਾਡੇ ਨਾਲ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੂੰ ਪਹਿਲੇ ਐੱਮ ਪੀ ਸਿੱਖ ਵਿਦੇਸ਼ ਦੀ ਧਰਤੀ 'ਤੇ ਔਰਤ ਹੋਣ ਦਾ ਮਾਣ ਹਾਸਲ ਹੋਇਆ ਸੀ। ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਇੰਨੀ ਦਿਨੀ ਭਾਰਤ ਫੇਰੀ 'ਤੇ ਨੇ, ਇਸ ਬਾਬਤ ਉਹਨਾਂ ਦਾ ਕੀ ਕਹਿਣਾ ਹੈ। ਮੇਰੀ ਮੁਰਾਦ ਹੈ ਰੂਬੀ ਢਾਲਾ ਜੀ। ਰੂਬੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ ਸਾਰਿਆਂ ਦਾ, ਜਿੰਨੇ ਵੀ ਆਪਣੇ ਸਾਰੇ ਭੈਣ ਭਰਾ ਵੇਖ ਰਹੇ ਨੇ, ਸਾਰੇ ਜਣਾਂ ਨੂੰ ਸਤਿ ਸ਼੍ਰੀ ਅਕਾਲ ਐਂਡ ਹੈਲੋ ਐਂਡ ਗ੍ਰੀਟਿੰਗਸ ਫਰੋਮ ਕੈਨੇਡਾ। ਕੈਨੇਡਾ ਦੇ ਪ੍ਰਧਾਨ ਮੰਤਰੀ ਇੰਨੀ ਦਿਨੀ ਭਾਰਤ ਫੇਰੀ 'ਤੇ ਨੇ, ਕੀ ਕਹਿਣਾ ਚਾਹੋਗੇ? ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਕੈਨੇਡਾ ਤੋਂ ਚੱਲ ਕੇ ਆਏ ਨੇ ਇੰਡੀਆ ਦੇ ਵਿੱਚ, ਅਤੇ ਅਸੀਂ ਵੇਖਦੇ ਹਾਂ ਕਿ ਜਿਹੜੀ ਕੈਨੇਡਾ ਅਤੇ ਇੰਡੀਆ ਦੀ ਇੱਕ ਬਹੁਤ ਸਾਂਝੀ ਗੂੜੀ ਫਰੈਂਡਸ਼ਿਪ ਹੈ। ਵੀ ਟੇਕ ਅ ਲੁੱਕ ਕਿ ਸਾਡੇ ਕੈਨੇਡਾ ਦੇ ਵਿੱਚ ਦੇਰ ਇਜ਼ ਓਵਰ 1.4 million ਆਪਣੇ ਪੰਜਾਬੀ ਭਾਈਚਾਰਾ ਉੱਥੇ ਵੱਸਦਾ, ਅਤੇ ਅਸੀਂ ਵੇਖਦੇ ਹਾਂ ਕਿ ਆਪਣੇ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਜਾ ਕੇ ਘਰ ਘਰ ਦੇ ਵਿੱਚ ਆਪਣਾ ਨਾਂ ਕਮਾਇਆ। ਅਸੀਂ ਵੇਖਦੇ ਹਾਂ ਕਿ ਤੁਸੀਂ ਹੋਸਪਿਟਲ ਦੇ ਵਿੱਚ ਚਲ ਜਾਓ, ਤੁਸੀਂ ਮੀਡੀਆ ਦੇ ਵਿੱਚ ਵੇਖ ਲਓ, ਪੋਲੀਟਿਕਸ ਦੇ ਵਿੱਚ ਵੇਖ ਲਓ, ਬਿਜ਼ਨਸ ਦੇ ਵਿੱਚ, ਹਰ ਇੱਕ ਏਰੀਆ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਬਹੁਤ ਨਾਮ ਰੋਸ਼ਨ ਕੀਤਾ ਹੈ ਆਪਣੇ ਸਿੱਖ ਕੌਮ ਦਾ, ਆਪਣੇ ਪੰਜਾਬੀ ਭਾਈਚਾਰੇ ਦਾ, ਸਿਰਫ ਇੰਡੀਆ ਦੇ ਵਿੱਚ ਨਹੀਂ ਪਰ ਸਾਰੀ ਦੁਨੀਆ ਦੇ ਵਿੱਚ। ਕੈਨੇਡਾ ਸ਼ਾਇਦ ਪਹਿਲਾ ਮੁਲਕ ਹੈ ਜਿੱਥੇ ਤੁਸੀਂ ਪਹਿਲੇ ਮਹਿਲਾ ਐਮ ਪੀ ਹੋਣ ਦਾ ਮਾਣ ਹਾਸਲ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦਾ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਜੀ? ਮੈਂ ਤਾਂ ਬਾਬਾ ਜੀ ਦੀ ਬਹੁਤ ਸ਼ੁਕਰ ਕਰਦੀ ਹਾਂ ਕਿ ਬਾਬਾ ਜੀ ਨੇ ਇੱਕ ਓਪਰਚੁਨਿਟੀ ਦਿੱਤੀ ਹੈ ਮੈਨੂੰ ਸੇਵਾ ਕਰਨ ਵਾਸਤੇ, ਆਪਣੀ ਕੌਮ ਦੀ ਸੇਵਾ ਕਰਨ ਵਾਸਤੇ, ਆਪਣੀ ਦੇਸ਼ ਦੀ ਸੇਵਾ ਕਰਨ ਵਾਸਤੇ। ਜਿਹੜੇ ਮੇਰੇ ਮੰਮੀ ਹਰੀ ਸੀ, ਅਸੀਂ ਜਲੰਧਰ ਤੋਂ ਹਾਂ, ਅਤੇ ਮੰਮੀ ਹਰੀ 1972 ਦੇ ਵਿੱਚ ਆਏ ਸੀ ਕੈਨੇਡਾ, ਅਤੇ ਮੇਰਾ ਖਿਆਲ ਕਿ ਉਸ ਟਾਈਮ ਦੇ ਵਿੱਚ ਜਦੋਂ ਆਏ ਸੀ ਕੈਨੇਡਾ ਦੇ ਵਿੱਚ, ਉਹਨਾਂ ਨੇ ਕਦੀ ਸੋਚਿਆ ਨਹੀਂ ਸੀ ਇੱਕ ਦਿਨ ਕਿ ਉਹਨਾਂ ਦੀ ਬੇਟੀ ਜਿਹੜੀ ਹੈਗੀ ਹੈ ਕੈਨੇਡਾ ਦੇ ਵਿੱਚ ਸਭ ਤੋਂ ਯੰਗੈਸਟ ਅਤੇ ਆਪਣਾ ਸਭ ਤੋਂ ਪਹਿਲੀ ਸਿੱਖ ਕੁੜੀ ਮੈਂਬਰ ਆਫ ਪਾਰਲੀਮੈਂਟ ਬਣੇਗੀ ਹਾਊਸ ਆਫ ਕਾਮਨਸ ਦੇ ਵਿੱਚ। ਅਤੇ ਮੈਨੂੰ ਯਾਦ ਹੈ ਜਦੋਂ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਪਹਿਲੀ ਵਾਰੀ 2004 ਦੇ ਵਿੱਚ, ਇਹ ਸਿਰਫ ਮੇਰੀ ਜਿੱਤ ਨਹੀਂ ਸੀ, ਸਾਡੀ ਸਾਰੀ ਸਿੱਖ ਕੌਮ ਦੀ ਜਿੱਤ ਸੀ, ਸਾਡੀ ਸਾਰੇ ਮਹਿਲਾਂ ਦੀ ਜਿੱਤ ਸੀ, ਸਾਡੇ ਸਿਰਫ ਕੈਨੇਡਾ ਪੰਜਾਬੀ ਭਾਈਚਾਰੇ ਵਾਸਤੇ ਨਹੀਂ ਪਰ ਸਾਰੀ ਦੁਨੀਆ ਦੇ ਵਿੱਚ ਅਸੀਂ ਇੱਕ ਜਿੱਤ ਪ੍ਰਾਪਤ ਕੀਤੀ ਸੀ। ਬਿਕੋਜ਼ ਮੈਂ ਇੱਕ ਆਮ ਘਰ ਤੋਂ ਆਉਂਦੀ ਹਾਂ, ਸਾਡੇ ਘਰ ਦੇ ਵਿੱਚ ਕੋਈ ਪਹਿਲਾਂ ਪੋਲੀਟਿਕਸ ਦੇ ਵਿੱਚ ਕਦੇ ਕੋਈ ਐਂਟਰ ਨਹੀਂ ਹੋਇਆ, ਸੋ ਇਹ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਬਹੁਤ ਮਿਹਨਤਾਂ ਨਾਲ ਸੀ। ਐਂਡ ਵੀ ਹੈਡ ਐਨ ਓਪਰਚੁਨਿਟੀ ਟੂ ਸੀ ਦੈਟ ਇਫ ਯੂ ਹੈਵ ਅ ਡਰੀਮ, ਇਫ ਯੂ ਹੈਵ ਐਨ ਆਈਡੀਆ, ਦੈਨ ਇਨ ਅ ਕੰਟਰੀ ਲਾਈਕ ਕੈਨੇਡਾ ਵਿਦ ਹਾਰਡ ਵਰਕ ਦੈਟ ਐਨੀਥਿੰਗ ਇਜ਼ ਪੋਸੀਬਲ। ਸੋ ਅਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ 2004 ਦੇ ਵਿੱਚ, ਸਾਰੇ ਜਣਿਆਂ ਦੀ ਜਿੱਤ ਸੀ, ਅਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਸਮਝਦੀ ਹਾਂ ਕਿ ਬਾਬਾ ਜੀ ਨੇ ਮੈਨੂੰ ਇੱਕ ਓਪਰਚੁਨਿਟੀ ਦਿੱਤੀ ਹੈ ਆਪਣੀ ਕੌਮ ਦੀ ਸੇਵਾ ਕਰਨ ਵਾਸਤੇ, ਆਪਣੇ ਕੌਮ ਦੀ ਆਵਾਜ਼ ਉਠਾਉਣ ਵਾਸਤੇ, ਜਿਹੜੀ ਸਾਡੇ ਕੌਮ ਨੂੰ, ਸਾਡੇ ਦੇਸ਼ਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ। ਅਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਆਪਣੀ ਸਾਰੀ ਜ਼ਿੰਦਗੀ ਲਾਈ ਹੈ, ਆਈ ਹੈਵ ਡੈਡੀਕੇਟਿਡ ਮਾਈਸੈਲਫ ਟੂ ਸਰਵਿੰਗ ਦ ਪਬਲਿਕ, ਟੂ ਇਨਸ਼ੋਰ ਦੈਟ ਵੀ ਰੇਜ਼ ਅਵਰ ਵੋਇਸ ਔਨ ਦੀ ਇਸ਼ੂਜ਼ ਦੈਟ ਮੈਟਰ, ਵੈਦਰ ਇਟਸ ਔਨ ਦੀ ਇਸ਼ੂ ਆਫ ਹਿਊਮਨ ਰਾਈਟਸ, ਜੇ ਆਪਣੇ ਬਜ਼ੁਰਗਾਂ ਨੂੰ ਕੋਈ ਮੁਸ਼ਕਲਾਂ ਆ ਰਹੀਆਂ ਨੇ, ਜੇ ਆਪਣੇ ਭੈਣ ਭਰਾਵਾਂ ਨੂੰ ਕੋਈ ਮੁਸ਼ਕਲਾਂ ਆ ਰਹੀਆਂ ਨੇ, ਜੇ ਆਪਣੇ ਜਿਹੜੀ ਨੌਜਵਾਨ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਕੋਈ ਤਕਲੀਫਾਂ ਜਾਂ ਚੈਲੇਂਜਸ ਆ ਰਹੀਆਂ ਨੇ, ਮੈਂ ਆਪਣੀ ਇੱਕ ਫਰਜ਼ ਸਮਝ ਕੇ, ਆਪਣਾ ਇੱਕ ਰਿਸਪੋਂਸੀਬਿਲਿਟੀ ਸਮਝ ਕੇ ਉਹਨਾਂ ਦੀ ਆਵਾਜ਼ ਉਠਾਈ ਹੈ। ਜਦੋਂ ਤੁਸੀਂ ਬਤੌਰ ਐੱਮ ਪੀ ਉੱਥੇ ਭੂਮਿਕਾ ਨਿਭਾ ਰਹੇ ਸੀ, ਕਾਮਾ ਗਾਟਾ ਮਾਰੂ, ਤੁਸੀਂ ਉਹਦੇ ਸੰਬੰਧੀ ਇੱਕ ਬਿੱਲ ਵੀ ਲੈ ਕੇ ਆਏ ਸੀ, ਉਹ ਬਿੱਲ ਕੀ ਸੀ ਅਤੇ ਉਸ ਤੋਂ ਬਾਅਦ ਉਹਦੇ ਉੱਤੇ ਲਾਗੂ ਹੋਇਆ ਜਾਂ ਉਹ ਕੀ ਬਿੱਲ ਸੀ? ਅਸੀਂ ਵੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਯੂ ਨੋ 2018 ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨੇ ਕੈਨੇਡਾ ਦੇ ਵਿੱਚ ਕਿੰਨੀ ਤਰੱਕੀਆਂ ਕੀਤੀਆਂ ਨੇ, ਪਰ ਇੱਕ ਟਾਈਮ ਸੀ ਕੈਨੇਡਾ ਦੇ ਵਿੱਚ ਆਲਮੋਸਟ 100 years ਬਿਫੋਰ 1913 ਦੇ ਵਿੱਚ, ਜਦੋਂ ਇੱਕ ਕੈਨੇਡਾ ਦੇ ਵਿੱਚ ਸ਼ਿਪ ਆਇਆ ਸੀ ਕਾਮਾ ਗਾਟਾ ਮਾਰੂ, ਉਹ ਜਿਹੜਾ ਸ਼ਿਪ ਆਇਆ ਸੀ ਉਹਦੇ ਵਿੱਚ ਆਪਣੇ 200 ਸਿੱਖ ਸੀ, ਅਤੇ ਉਹ ਜਦੋਂ ਸ਼ਿਪ ਆਇਆ ਸੀ ਵੈਨਕੂਵਰ ਦੇ ਵਿੱਚ, ਜਿਹੜੀ ਕੈਨੇਡਾ ਦੇ ਵਿੱਚ ਸਰਕਾਰ ਸੀ ਉਸ ਟਾਈਮ ਦੇ ਵਿੱਚ, ਉਹਨਾਂ ਨੇ ਕਿਹਾ ਸੀ ਕਿ ਜਿੰਨੇ ਵੀ ਜਣੇ ਇਹ ਸ਼ਿਪ ਦੇ ਉੱਪਰ ਨੇ ਕੋਈ ਵੀ ਸ਼ਿਪ ਤੋਂ ਉਤਰ ਨਹੀਂ ਸਕਦਾ ਅਤੇ ਕੈਨੇਡਾ ਦੇ ਵਿੱਚ ਕੋਈ ਐਂਟਰ ਨਹੀਂ ਹੋ ਸਕਦਾ। ਅਤੇ 2 ਮਹੀਨਿਆਂ ਵਾਸਤੇ ਆਪਣੇ ਜਿਹੜੇ ਉੱਥੇ 200 ਆਪਣੇ ਸਿੱਖ ਆਏ ਸੀ ਉਸ ਸ਼ਿਪ ਦੇ ਉੱਪਰ, ਉਹਨਾਂ ਨੂੰ 2 ਮਹੀਨਿਆਂ ਵਾਸਤੇ ਸ਼ਿਪ ਦੇ ਉੱਪਰ ਰੱਖਿਆ ਗਿਆ ਸੀ, ਕੋਈ ਉਹਨਾਂ ਨੂੰ ਖਾਣਾ ਨਹੀਂ ਸੀ ਦਿੱਤਾ ਗਿਆ ਅਤੇ ਕੋਈ ਉਹਨਾਂ ਨੂੰ ਪਾਣੀ ਨਹੀਂ ਸੀ ਦਿੱਤਾ ਗਿਆ। ਅਤੇ 2 ਮਹੀਨਿਆਂ ਬਾਅਦ ਉਹ ਜਿਹੜਾ ਸ਼ਿਪ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਵਾਪਸ ਜਾਏਗਾ ਸ਼ਿਪ। ਅਤੇ ਜਦੋਂ ਉਹ ਸ਼ਿਪ ਵਾਪਸ ਪਹੁੰਚਿਆ ਸੀ ਇੰਡੀਆ ਦੇ ਵਿੱਚ, ਜਿੰਨੇ ਵੀ ਲੋਕ ਸੀ ਉਹਦੇ ਉੱਪਰ, ਜਾਂ ਤਾਂ ਉਹ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਤਾ ਗਿਆ ਸੀ ਔਰ ਅਦਰਵਾਈਜ਼ ਦੇ ਡਾਇਡ। ਐਂਡ ਵੀ ਸਾ ਐਟ ਦੈਟ ਟਾਈਮ ਕਿ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਇਨਜਸਟਿਸ ਹੋਈ ਸੀ, ਇੱਕ ਬਹੁਤ ਵੱਡੀ ਟ੍ਰੈਜਡੀ ਸੀ।
ਐਂਡ ਉਹ ਜਿਹੜਾ ਇਸ਼ੂ ਸੀ, ਜਿਹੜੀ ਟ੍ਰੈਜਡੀ ਸੀ, ਜਿਹੜੀ ਇਨਜਸਟਿਸ ਸੀ, ਮੈਂ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰਸ ਦਾ ਬਿੱਲ ਲੈ ਕੇ ਆਈ ਸੀ ਕਿ ਜਿਹੜੀ ਕੈਨੇਡਾ ਦੀ ਸਰਕਾਰ ਹੈ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਾਫ਼ੀ ਮੰਗਣੀ ਚਾਹੀਦੀ ਹੈ ਸਾਰੇ ਇੰਡੀਅਨ ਲੋਕਾਂ ਕੋਲੋਂ ਕਿ ਇਹ ਜਿਹੜੀ 1913 ਦੇ ਵਿੱਚ ਇਨਜਸਟਿਸ ਹੋਈ ਸੀ ਬਹੁਤ ਗਲਤ ਸੀ। ਮੈਂ ਇਸ ਕਰਕੇ ਵੀ ਇਹ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਅੱਗੇ ਲੈ ਕੇ ਆਈ ਸੀ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਯੂਨੋ ਪੰਜਾਬੀ ਭਾਈਚਾਰਾ, ਸਾਡੀ ਜਿਹੜੀ ਇੰਡੀਅਨ ਕਮਿਊਨਿਟੀ ਹੈ ਕਿੰਨੀ ਮੁਸ਼ਕਲ ਦੇ ਰਾਹਾਂ ਦੇ ਵਿੱਚੋਂ ਲੰਘ ਚੁੱਕੀ ਹੈ, ਸਾਡੇ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਸ ਕਰਕੇ ਜਿਹੜਾ ਮੈਂ ਬਿੱਲ ਮੈਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਈ ਸੀ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੱਸਦਿਆਂ ਨੂੰ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਰਾਜ ਇੱਥੇ ਇੰਡੀਆ ਦੇ ਵਿੱਚ ਆਏ ਨੇ ਜਸਟਿਨ ਟਰੂਡੋ, ਉਹਨਾਂ ਨੇ ਇਹ ਜਿਹੜਾ ਬਿੱਲ ਸੀ ਪਾਰਲੀਮੈਂਟ ਦੇ ਵਿੱਚ ਅਪੋਲੋਜੀ ਮੰਗੀ ਸੀ ਟੂ ਆਲ ਆਫ ਦੀ ਇੰਡੀਅਨ ਕਮਿਊਨਿਟੀ, ਐਂਡ ਵਨ ਦ ਪ੍ਰਾਈਮ ਮਿਨਿਸਟਰ ਗੇਵ ਦੀ ਅਪੋਲੋਜੀ ਫੋਰ ਦ ਖਾਮਗਾ ਟਮਾਰੋ ਇਨਜਸਟਿਸ, ਆਈ ਥਿੰਕ ਇਟ ਵਾਜ਼ ਅ ਗ੍ਰੇਟ ਮੋਮੈਂਟ ਯੂ ਨੋ ਆਫ ਰਿਫਲੈਕਸ਼ਨ ਕਿ ਸਾਡੀ ਕਮਿਊਨਿਟੀ ਕਿੰਨੀ ਅੱਗੇ ਵੱਧ ਚੁੱਕੀ ਹੈ। ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਤੁਹਾਡਾ ਪੇਕਾ ਘਰ ਪੰਜਾਬ ਹੈ, ਤੁਸੀਂ ਇਸ ਵੇਲੇ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਹੋ ਐਜ਼ ਏ ਪੋਲੀਟੀਕਲ ਵੀ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੁਸੀਂ ਦੇਖਦੇ ਹੋ ਉੱਥੇ ਜਿਹੜੀਆਂ ਤੁਸੀਂ ਹੱਲ ਕਰਵਾਈਆਂ ਹੋਣ ਜਾਂ ਅਜੇ ਭਵਿੱਖ ਦੇ ਵਿੱਚ ਵੀ ਤੁਸੀਂ ਹੱਲ ਕਰਵਾਉਣ ਦੀ ਸਮਰੱਥਾ ਰੱਖਦੇ ਹੋ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫੀ ਨਰਮ ਸੁਭਾਅ ਦੇ ਦੇਖੇ ਗਏ ਨੇ, ਕਾਫੀ ਉਹਨਾਂ ਨੇ ਪ੍ਰਵਾਸੀ ਖਾਸ ਕਰਕੇ ਜਿਹੜੇ ਨੇ ਉਹਨਾਂ ਵਾਸਤੇ ਕਾਫੀ ਦਰਿਆਦਿਲੀ ਦਿਖਾਉਂਦੇ ਨੇ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਜੇ ਵੀ ਉੱਥੇ ਹੈ ਨੇ ਜਾਂ ਜਿਹੜੀਆਂ ਤੁਸੀਂ ਹੱਲ ਕਰਵਾ ਚੁੱਕੇ ਹੁਣ ਤੱਕ? ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਜਿੱਤ ਪ੍ਰਾਪਤ ਕੀਤੀ ਸੀ 2004 ਦੇ ਵਿੱਚ, ਉਸ ਟਾਈਮ ਦੇ ਵਿੱਚ ਸਾਡੇ ਕਮਿਊਨਿਟੀ ਦੇ ਵਿੱਚ ਕੋਈ ਯੂ ਨੋ ਲੇਡੀ ਨੇ MP ਨਹੀਂ ਸੀ। ਸੋ ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਜਿੱਤ ਪ੍ਰਾਪਤ ਕੀਤੀ ਸੀ, ਆਪਣੇ ਲੇਡੀਆਂ ਨੇ ਜਿਹਨਾਂ ਨੂੰ ਕੋਈ ਯੂ ਨੋ ਕੋਈ ਮੁਸ਼ਕਲਾਂ ਆਉਂਦੀਆਂ ਸੀ, ਆਪਣੇ ਘਰ ਵਾਲਿਆਂ ਨਾਲ ਜਾਂ ਭਰਾਵਾਂ ਨਾਲ ਯੂ ਨੋ ਜਾਂ ਆਪਣੇ ਹੋਰ ਕੋਈ ਫੈਮਿਲੀ ਮੈਂਬਰ ਨਾਲ ਆਉਂਦੀਆਂ ਸੀ ਮੇਰੇ ਕੋਲ ਆਪਣੀਆਂ ਸਮੱਸਿਆ ਦੱਸਣ ਵਾਸਤੇ, ਅਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਆਪਣੀ ਕੁੜੀ ਵਿੱਚ ਇਲੈਕਟ ਹੋਈ ਹੈ ਕਿ ਅਸੀਂ ਆਪੇ ਇਕੱਲੇ ਆ ਸਕਦੇ ਹਾਂ। ਅਤੇ ਫਿਰ ਅਸੀਂ ਚੇਂਜ ਵੇਖੀ ਕਿ ਪਹਿਲਾਂ ਤਾਂ ਜਿਹੜੀਆਂ ਜਨਾਨੀਆਂ ਸੀ ਆਪਣੇ ਘਰ ਵਾਲਿਆਂ ਨਾਲ ਜਾਂ ਭਰਾਵਾਂ ਨਾਲ ਆਉਂਦੀਆਂ ਸੀ, ਫਿਰ ਮੈਂ ਵੇਖਿਆ ਬਾਅਦ 'ਚੋਂ ਕਿ ਜਦੋਂ ਬੰਦਿਆਂ ਨੇ ਵੀ ਕੋਈ ਗੱਲ ਦੱਸਣੀ ਹੁੰਦੀ ਸੀ ਉਹ ਫਿਰ ਬਾਅਦ 'ਚੋਂ ਆਪਣੇ ਜਨਾਨੀਆਂ ਨੂੰ ਜਾਂ ਭੈਣਾਂ ਨੂੰ ਨਾਲ ਲੈ ਕੇ ਆਉਂਦੇ ਸੀ ਕਿ ਸਾਨੂੰ ਇਹ ਪ੍ਰੋਬਲਮ ਆ ਰਹੀਆਂ ਨੇ। ਪਰ ਅਸੀਂ ਵੇਖਦੇ ਹਾਂ ਕਿ ਸਾਡੇ ਕਮਿਊਨਿਟੀ ਦੇ ਵਿੱਚ ਜਿਹੜੇ ਇਸ਼ੂਸ ਨੇ, ਮੈਂ ਕਾਫੀ ਆਵਾਜ਼ ਯੂ ਨੋ ਜਿਹੜੀ ਉਹਨਾਂ ਨੂੰ ਮੁਸ਼ਕਲਾਂ ਆਈਆਂ ਨੇ ਉਠਾ ਚੁੱਕੀ ਹਾਂ ਅਤੇ ਮੈਂ ਉਠਾਉਂਦੀ ਰਹਿੰਦੀ ਹਾਂ। ਅਸੀਂ ਵੇਖਦੇ ਹਾਂ ਕਿ ਪਹਿਲਾਂ ਤਾਂ ਸਾਡੇ ਜਿਹੜੇ ਬਜ਼ੁਰਗ ਉੱਥੇ ਜਾ ਕੇ ਸੈਟਲ ਹੋਏ ਨੇ, ਅਸੀਂ ਵੇਖਦੇ ਹਾਂ ਅਸੀਂ ਪਹਿਲਾਂ ਤਾਂ ਪੈਨਸ਼ਨ ਦਾ ਇੱਕ ਬਹੁਤ ਵੱਡਾ ਮਾਮਲਾ ਸੀ ਕਿ ਉਹਨਾਂ ਨੂੰ ਪੈਨਸ਼ਨ ਜਿਹੜੀ ਹੈਗੀ ਸੀ, ਕਈ ਜਿਹੜੇ ਲੋਕ ਆਉਂਦੇ ਸੀ 10 ਸਾਲਾਂ ਬਾਅਦ ਮਿਲਦੇ ਸੀ ਪੈਨਸ਼ਨ, ਕਈ ਲੋਕਾਂ ਨੂੰ 3 ਸਾਲਾਂ ਬਾਅਦ ਮਿਲਦੀ ਸੀ ਜੇ ਉਹ ਯੂਰਪ ਤੋਂ ਆਉਂਦੇ ਸੀ। ਸੋ ਮੈਂ ਕਾਫੀ ਐਡਵੋਕੇਸੀ ਕੀਤੀ ਕਿ ਜਿਹੜੇ ਵੀ ਆਪਣੇ ਬਜ਼ੁਰਗ ਨੇ ਸਾਰੇ ਜਣਿਆਂ ਨੂੰ ਭਾਵੇਂ ਜਿਹੜੇ ਮਰਜ਼ੀ ਦੇਸ਼ ਤੋਂ ਆਉਣ, ਕੋਈ ਡਿਸਕ੍ਰਿਮੀਨੇਸ਼ਨ ਜਾਂ ਇਨਇਕੁਆਲਿਟੀ ਨਹੀਂ ਹੋਣੀ ਚਾਹੀਦੀ ਕਿ ਸਾਰੇ ਆਪਣੇ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਨੂੰ ਜਿਹੜੀਆਂ ਪੈਨਸ਼ਨਾਂ ਨੇ ਇੱਕੋ ਟਾਈਮ 'ਤੇ ਮਿਲਣੀਆਂ ਚਾਹੀਦੀਆਂ ਨੇ। ਦੂਸਰਾ ਅਸੀਂ ਵੇਖਦੇ ਹਾਂ ਕਿ ਜਿਹੜਾ ਆਪਣਾ ਯੂਥ ਆ ਰਿਹਾ ਹੈ, ਅਸੀਂ ਵੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਰਾਈਟ ਨਾਓ ਪਿਛਲੇ ਸਾਲ 2017 ਦੇ ਵਿੱਚ ਵੀ ਹੈਡ 124,000 ਯੂਥ। ਸੋ 1,25,000 ਬੱਚਾ ਆਪਣਾ ਇੰਡੀਆ ਤੋਂ ਕੈਨੇਡਾ ਦੇ ਵਿੱਚ ਆ ਚੁੱਕਿਆ ਹੈ ਪੜ੍ਹਨ ਵਾਸਤੇ। ਅਤੇ ਮੈਂ ਵੇਖਦੀ ਹਾਂ ਕਿ ਜਦੋਂ ਬੱਚੇ ਪੜ੍ਹਨ ਆਉਂਦੇ ਨੇ, ਯੂ ਨੋ ਮਾਂ ਪਿਓ ਕੋਲ ਇੰਨਾ ਪੈਸਾ ਲੈ ਕੇ ਜਾਂਦੇ ਨੇ, ਇੰਨਾ ਪੈਸਾ ਲੱਗਦਾ ਵੀਜ਼ਾ ਲਵਾਉਣ ਵਾਸਤੇ, ਉਹ ਵੇਖਦੇ ਨੇ ਕਿ ਉਹਨਾਂ ਨੂੰ ਕਿੰਨੀਆਂ ਮਿਹਨਤ ਕਰਨੀ ਪੈਂਦੀ ਉੱਥੇ ਜਾਣ ਵਾਸਤੇ। ਅਤੇ ਜਦੋਂ ਮੈਂ ਵੇਖਦੀ ਹਾਂ ਕਿ ਕਈ ਵਾਰੀ ਜਿਹੜੇ ਆਪਣੇ ਸਟੂਡੈਂਟ ਹੁੰਦੇ ਨੇ ਕਈ ਵਾਰੀ ਗਲਤ ਰਸਤਿਆਂ ਦੇ ਵਿੱਚ ਪੈ ਜਾਂਦੇ ਨੇ। ਸੋ ਕੈਨੇਡਾ ਦੇ ਵਿੱਚ ਮੈਂ ਕਾਫੀ ਰੇਡੀਓ ਦੇ ਉੱਪਰ, ਟੈਲੀਵਿਜ਼ਨ ਦੇ ਉੱਪਰ, ਯੂ ਨੋ ਜਿੱਥੇ ਵੀ ਆਪਣੇ ਬੱਚੇ ਗੈਦਰਿੰਗ ਕਰਦੇ ਨੇ ਉਹਨਾਂ ਨਾਲ ਉੱਥੇ ਗੱਲਬਾਤ ਕਰਕੇ ਮੈਂ ਕਾਫੀ ਉਹਨਾਂ ਦੀ ਆਵਾਜ਼ ਉਠਾਉਂਦੀ ਹਾਂ ਕਿ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ, ਕੋਈ ਹੈਲਪ ਚਾਹੀਦੀ ਹੈ, ਜੋ ਸਪੋਰਟ ਚਾਹੀਦੀ ਹੈ, ਅਸੀਂ ਇੱਥੇ ਤੁਹਾਡੇ ਵਾਸਤੇ ਹੈਗੇ ਹਾਂ। ਬਿਕਾਜ਼ ਸਾਡਾ ਪੰਜਾਬ ਦਾ, ਪੰਜਾਬੀਆਂ ਦਾ ਇੱਕ ਮਾਹੌਲ ਹੈ ਕਿ ਕੋਈ ਵੀ ਬੱਚਾ ਕੋਈ ਗਲਤ ਰਸਤੇ ਪੈਂਦਾ ਹੈ ਜਾਂ ਕੋਈ ਵੀ ਬੱਚਾ ਆਪਣਾ ਕੋਈ ਗਲਤ ਕੰਮ ਕਰਦਾ ਹੈ, ਸਿਰਫ ਉਸ ਪਰਿਵਾਰ ਨੂੰ ਦੁੱਖ ਨਹੀਂ ਲੱਗਦਾ ਪਰ ਸਾਡੇ ਸਾਰੇ ਪੰਜਾਬੀਆਂ ਨੂੰ ਦੁੱਖ ਲੱਗਦਾ ਹੈ। ਸੋ ਇਸ ਕਰਕੇ ਮੈਂ ਆਪਣੇ ਬੱਚਿਆਂ ਨਾਲ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨਾਲ ਬਹੁਤ ਕਲੋਸਲੀ ਕੰਮ ਕੀਤਾ ਕਿ ਉਹ ਅੱਛੇ ਰਸਤੇ ਪੈਣ, ਅੱਛੀਆਂ ਆਪਣੀ ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਕਰਕੇ ਉਹਨਾਂ ਨੂੰ ਅੱਛੀਆਂ ਜੋਬਸ ਮਿਲਣ। ਹੋਰ ਅਸੀਂ ਵੇਖਦੇ ਹਾਂ, ਤੁਸੀਂ ਪੁੱਛ ਰਹੇ ਸੀ ਇੱਕ ਬਜ਼ੁਰਗਾਂ ਬਾਰੇ ਗੱਲ ਕਰ ਲਈ, ਅਸੀਂ ਆਪਣੇ ਯੂਥ ਬਾਰੇ ਗੱਲ ਕਰ ਲਈ ਹੈ, ਸਾਡੀ ਜਿਹੜੀ ਲੇਡੀਜ਼ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਸੋ ਉਹਨਾਂ ਵਾਸਤੇ ਵੀ ਅਸੀਂ ਆਵਾਜ਼ ਉਠਾਉਂਦੇ ਹਾਂ ਜਿਹੜੇ ਆਪਣੇ ਪੰਜਾਬੀ ਉੱਥੇ ਭੈਣ ਭਰਾ ਨੇ। ਜਦੋਂ ਇੱਥੇ ਇੰਡੀਆ ਆਉਂਦੇ ਨੇ, ਮੈਨੂੰ ਕਾਫੀ ਸਾਲ ਹੋ ਗਏ ਨੇ, ਕਹਿੰਦੇ ਨੂੰ ਕਿ ਜਿਹੜੀ ਫਲਾਈਟ ਹੈ ਉਹ ਡਾਇਰੈਕਟ ਫਲਾਈਟ ਲੱਗਣੀ ਚਾਹੀਦੀ ਹੈ ਟੋਰੋਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ,
ਅਤੇ ਅੱਜ ਅਚਾਨਕ ਹੀ ਜਦੋਂ ਮੈਂ ਇੱਥੇ ਅੰਮ੍ਰਿਤਸਰ ਦੇ ਵਿੱਚ ਆਈ ਹਾਂ, ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਜਦੋਂ ਮੈਨੂੰ ਉੱਥੇ ਆਫਿਸਰਾਂ ਨੇ ਦੱਸਿਆ ਕਿ ਮੈਂ ਕਿਹਾ ਕਿ ਏਅਰਪੋਰਟ ਅੱਜ ਤਾਂ ਕਾਫੀ ਬਿਜ਼ੀ ਹੈ, ਅਤੇ ਉਹਨਾਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਜਿਹੜੀ ਬਰਮਿੰਘਮ ਤੋਂ ਅੰਮ੍ਰਿਤਸਰ ਅੱਜ ਪਹਿਲੇ ਦਿਨ ਫਲਾਈਟ ਸ਼ੁਰੂ ਹੋਈ ਹੈ। ਸੋ ਮੈਂ ਹੋਪ ਕਰਾਂਗੀ ਕਿ ਜਿਹੜੇ ਵੀ ਜਾਣੇ ਵੇਖ ਰਹੇ ਨੇ, ਖਾਸ ਕਰਕੇ ਜੇ ਮੰਤਰੀ ਵੇਖ ਰਹੇ ਨੇ, ਕਿ ਅਸੀਂ ਇੱਦਾਂ ਟੋਰੋਂਟੋ ਤੋਂ ਡਾਇਰੈਕਟ ਅੰਮ੍ਰਿਤਸਰ ਵਾਸਤੇ ਵੀ ਫਲਾਈਟ ਸ਼ੁਰੂ ਕਰੀਏ। ਕਿ ਜਿਹੜੇ ਆਪਣੇ ਬਜ਼ੁਰਗ ਆਉਂਦੇ ਨੇ, ਭੈਣ ਭਰਾ ਆਉਂਦੇ ਨੇ, ਉਹਨਾਂ ਨੂੰ ਦਿੱਲੀ ਥਰੂ ਜਾਣਾ ਕਾਫੀ ਮੁਸ਼ਕਲ ਲੱਗਦਾ ਹੈ। ਸੋ ਆਈ ਹੋਪ ਇਨ ਦ ਕਮਿੰਗ ਮੰਥਸ ਦੈਟ ਵੀ ਵਿਲ ਸੀ ਅ ਚੇਂਜ ਐਂਡ ਹੈਵ ਅ ਡਾਇਰੈਕਟ ਫਲਾਈਟ ਐਜ਼ ਵੈਲ। ਤੁਸੀਂ ਇਨਡਾਇਰੈਕਟ ਫਲਾਈਟ ਦੀ ਗੱਲ ਕੀਤੀ ਹੈ, ਜਸਟਿਨ ਟਰੂਡੋ ਜੀ ਭਾਰਤ ਫੇਰੀ 'ਤੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਗੱਲਬਾਤ ਡਿਸਕਸ ਕਰਨਗੇ ਜਾਂ ਉਹਨਾਂ ਦੇ ਏਜੰਡੇ 'ਤੇ ਹੈ ਇਹ ਸਾਰਾ ਕੁਛ? ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਖਬਰੀ ਜਿਹੜੀ ਆ ਇੱਥੋਂ ਦੇ ਲੋਕਾਂ ਨੂੰ, ਖਾਸ ਕਰਕੇ ਕੈਨੇਡਾ ਦੇ ਲੋਕਾਂ ਨੂੰ ਜਿਹੜੀ ਆ ਉਹ ਸੁਣਨ ਦੇ ਵਿੱਚ ਮਿਲੇਗੀ? ਇਹ ਜਿਹੜੀ ਵਿਜ਼ਿਟ ਹੈ ਪ੍ਰਾਈਮ ਮਿਨਿਸਟਰ ਤੋਂ, ਪ੍ਰਾਈਮ ਮਿਨਿਸਟਰ ਟਰੂਡੋ ਤੋਂ ਜਿਹੜੇ ਇੰਡੀਆ ਦੇ ਵਿੱਚ ਆਏ ਨੇ, ਵਨ ਆਫ ਦ ਮੋਸਟ ਇੰਪੋਰਟੈਂਟ ਪਿਲਰਸ ਆਫ ਦਿਸ ਵਿਜ਼ਿਟ ਇਜ਼ ਟੂ ਟਰਾਈ ਟੂ ਇਨਸ਼ੋਰ ਦੈਟ ਵੀ ਐਕਚੁਲੀ ਇਨਕਰੀਸ ਟ੍ਰੇਡ ਐਂਡ ਵੀ ਇਨਕਰੀਸ ਆਵਰ ਓਪਰਚੁਨਿਟੀਜ਼ ਟੂ ਵਰਕ ਟੁਗੈਦਰ ਵਿਦ ਬੋਥ ਕੰਟਰੀਜ਼। ਅਸੀਂ ਵੇਖਦੇ ਹਾਂ ਰਾਈਟ ਨਾਓ ਕਿ ਜਿਹੜਾ ਕੈਨੇਡਾ ਅਤੇ ਇੰਡੀਆ ਦਾ ਟ੍ਰੇਡ ਹੈ, $8 billion ਦੇ ਉੱਪਰ ਹੈ ਇਨ ਬਾਇਲੈਟਰਲ ਟ੍ਰੇਡ ਸਰਵਿਸਿਸ, $2 billion ਹੈ ਔਨ ਸਰਵਿਸਿਸ ਐਂਡ ਗੁੱਡਸ। ਸੋ ਅਸੀਂ ਹੋਪ ਕਰਾਂਗੇ ਕਿ ਆਉਂਦੇ ਸਾਲਾਂ ਦੇ ਵਿੱਚ ਇਹ ਜਿਹੜਾ ਟ੍ਰੇਡ ਹੈ $8 billion, ਕਿ ਇਹ ਇਨਕਰੀਸ ਹੋਵੇ $15 billion ਤੱਕ। ਸੋ ਆਈ ਥਿੰਕ ਕਿ ਬਹੁਤ ਸਾਰੇ ਇਸ਼ੂਜ਼ ਨੇ, ਬਹੁਤ ਜਿਹੜੇ ਦੋ ਪ੍ਰਾਈਮ ਮਿਨਿਸਟਰਾਂ ਨੇ ਡਿਸਕਸ ਕਰਨੇ ਨੇ, ਐਂਡ ਆਈ ਹੋਪ ਕਿ ਇਹ ਜਿਹੜਾ ਟ੍ਰੇਡ ਹੈ ਇਨਕਰੀਸ ਹੋਏਗਾ, ਜਿਹੜੇ ਜੋਬਸ ਕ੍ਰੀਏਟ ਹੋਣਗੀਆਂ ਕੈਨੇਡਾ ਦੇ ਵਿੱਚ ਅਤੇ ਇੰਡੀਆ ਦੇ ਵਿੱਚ। ਬਟ ਮੈਨੂੰ ਪਤਾ ਕਿ ਖਾਸ ਕਰਕੇ ਮੇਰੇ ਜਿੰਨੇ ਵੀ ਲੋਕ ਰਹਿੰਦੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਮੈਨੂੰ ਇਹ ਸੁਨੇਹਾ ਜ਼ਰੂਰ ਭੇਜਿਆ ਸੀ ਕਿ ਤੁਸੀਂ ਪਲੀਜ਼ ਦੋਵੇਂ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਕਿ ਫਲਾਈਟ ਜਿਹੜੀ ਡਾਇਰੈਕਟ ਸ਼ੁਰੂ ਹੋਣੀ ਚਾਹੀਦੀ ਹੈ। ਸੋ ਅਸੀਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ ਕਿ ਤੁਸੀਂ ਪਲੀਜ਼ ਆਪਣੇ ਮੰਤਰੀ ਨੂੰ ਕਹੋ ਕਿ ਡਾਇਰੈਕਟ ਫਲਾਈਟ ਸ਼ੁਰੂ ਕਰਨ ਟੋਰੋਂਟੋ ਤੋਂ ਅੰਮ੍ਰਿਤਸਰ ਤੱਕ। ਕੈਨੇਡਾ ਦੇ ਜਿਹੜਾ ਵਫਦ ਆਇਆ ਹੋਇਆ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ, ਉਹਦੇ ਵਿੱਚ ਬਹੁਤਾਂਤ ਜਿਹੜੀ ਆ ਕੈਬਨਿਟ ਹੈਗੀ ਜਿਹੜੀ ਆ ਉਹਦੇ ਵਿੱਚ ਸਿੱਖਾਂ ਦੀ ਹੈ, ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਇਹਨੀ ਦਿਨੀ ਕਾਫੀ ਧਿਆਨ ਹੈ ਕਿ ਕੀ ਕੁਝ ਪੰਜਾਬ ਵਾਸਤੇ ਜਿਹੜਾ ਉਹ ਫੈਸਲੇ ਲਏ ਜਾ ਸਕਦੇ ਨੇ, ਪੰਜਾਬ ਦੇ ਫਿਊਚਰ ਵਾਸਤੇ, ਭਵਿੱਖ ਵਾਸਤੇ ਕੀ ਫੈਸਲੇ ਹੋ ਸਕਦੇ ਨੇ? ਤੁਸੀਂ ਕੀ ਸਮਝਦੇ ਹੋ ਕਿ ਇਸ ਫੇਰੀ ਦਾ ਪੰਜਾਬ ਨੂੰ ਕਿੰਨਾ ਕੁ ਲਾਭ ਹੋ ਸਕਦਾ ਜੀ? ਮੇਰੇ ਖਿਆਲ 'ਤੇ ਜਿਹੜੀ ਵਿਜ਼ਿਟ ਹੈ ਬਹੁਤ ਇੰਪੋਰਟੈਂਟ ਹੈ। ਅਸੀਂ ਵੇਖਦੇ ਹਾਂ ਕਿ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਸਾਡੀ ਜਿਹੜੀ ਪੰਜਾਬੀ ਭਾਈਚਾਰਾ ਹੈ ਕਿੰਨਾ ਅੱਗੇ ਵੱਧ ਚੁੱਕਾ ਹੈ। ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਸਿੱਖਾਂ ਦੀ ਕੁੜੀ ਬਣੀ ਸੀ, ਯੂਨੋ ਮੈਂਬਰ ਆਫ ਪਾਰਲੀਮੈਂਟ, ਮੈਨੂੰ ਟਾਈਮ ਯਾਦ ਆਉਂਦਾ ਕਿ 2004 ਦੇ ਵਿੱਚ ਅਸੀਂ ਇੱਕ ਵਾਰੀ ਦੁਨੀਆ ਦੇ ਵਿੱਚ ਹਿਸਟਰੀ ਕੈਮ ਕੀਤੀ ਸੀ ਜਦੋਂ ਪਹਿਲੀ ਵਾਰੀ ਜਿੱਤ ਪ੍ਰਾਪਤ ਕੀਤੀ ਸੀ। ਪਰ ਹੁਣ ਮੈਂ ਵੇਖਦੀ ਹਾਂ ਕਿ ਜਿਹੜੀ ਪਿਛਲੀਆਂ ਚੋਣਾਂ ਹੋਈਆਂ ਨੇ 2015 ਦੇ ਵਿੱਚ, ਯੂਨੋ ਸਿਰਫ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਸਾਡੇ 19 ਮੈਂਬਰ ਆਫ ਪਾਰਲੀਮੈਂਟ ਬਣੇ ਨੇ ਜਿਹੜੇ ਪੰਜਾਬੀ ਨੇ, ਅਤੇ 19 ਮੈਂਬਰ ਆਫ ਪਾਰਲੀਮੈਂਟਾਂ ਦੇ ਵਿੱਚੋਂ ਜਿਹੜੇ ਪੰਜਾਬੀ ਨੇ, 4 ਉਹਦੇ ਵਿੱਚ ਆਪਣੇ ਮੰਤਰੀ ਬਣ ਚੁੱਕੇ ਨੇ। ਸੋ ਅਸੀਂ ਵੇਖਦੇ ਹਾਂ ਕਿ ਕਾਫੀ ਸਾਰੀ ਰੈਪ੍ਰਜੈਂਟੇਸ਼ਨ ਆਪਣੀ, ਕਾਫੀ ਜਿਹੜੀ ਕਮਿਊਨਿਟੀ ਹੈ ਬਹੁਤ ਅੱਗੇ ਵੱਧ ਚੁੱਕੀ ਹੈ। ਜਿਹੜੇ ਆਪਣੇ ਪੰਜਾਬ ਦੇ ਲੋਕ ਨੇ, ਜਿੱਦਾਂ ਮੈਂ ਦੱਸਦੀ ਪਈ ਸੀ ਕਿ ਪਿਛਲੇ ਸਾਲ 1,25,000 ਆਪਣਾ ਜਿਹੜਾ ਬੱਚਾ ਹੈ ਪੰਜਾਬ ਤੋਂ, ਇੰਡੀਆ ਤੋਂ ਉੱਥੇ ਕੈਨੇਡਾ ਦੇ ਵਿੱਚ ਆਇਆ ਹੈ, ਮੈਂ ਹੋਪ ਕਰਾਂਗੀ ਕਿ ਇੱਥੇ ਪੰਜਾਬ ਦੇ ਵਿੱਚ ਜੋਬਸ ਕ੍ਰੀਏਟ ਕੀਤੀਆਂ ਜਾਣ। ਕਿ ਜਿੰਨੇ ਵੀ ਬੱਚੇ ਨੇ ਜਦੋਂ ਵੀ 17-18 ਸਾਲ ਦੇ ਹੁੰਦੇ ਨੇ, ਸਾਰੇ ਕਹਿੰਦੇ ਨੇ ਕਿ ਅਸੀਂ ਕੈਨੇਡਾ ਭੱਜਣਾ, ਅਸੀਂ ਆਸਟ੍ਰੇਲੀਆ ਜਾਣਾ, ਅਸੀਂ ਅਮਰੀਕਾ ਜਾਣਾ ਹੈ। ਬਟ ਆਈ ਹੋਪ ਕਿ ਆਉਂਦੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਡਸਟਰੀ ਕ੍ਰੀਏਟ ਹੋਵੇ ਜਿਹਦੇ ਵਿੱਚ ਜਿਹੜੇ ਆਪਣੇ ਬੱਚੇ ਨੇ ਇੱਥੇ ਪੰਜਾਬ ਦੇ ਵਿੱਚ ਰਹਿ ਸਕਣ, ਪੰਜਾਬ ਦੇ ਵਿੱਚ ਸਕਸੈਸ ਹੋ ਸਕਣ। ਬੱਚੇ ਇਸ ਕਰਕੇ ਬਾਹਰ ਜਾ ਰਹੇ ਨੇ ਸਕੂਲ ਵਾਸਤੇ, ਬੱਚੇ ਇਸ ਕਰਕੇ ਬਾਹਰ ਜਾ ਰਹੇ ਨੇ ਜੋਬਾਂ ਵਾਸਤੇ, ਪਰ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਓਪਰਚੁਨਿਟੀ ਮਿਲ ਸਕਦੀ ਹੋਵੇ, ਆਈ ਥਿੰਕ ਇਟ ਵਿਲ ਬੀ ਅ ਗ੍ਰੇਟ ਓਪਰਚੁਨਿਟੀ ਫੋਰ ਪੰਜਾਬ ਐਂਡ ਫੋਰ ਇੰਡੀਆ। ਤੁਸੀਂ ਦੱਸਿਆ ਕਿ ਇੰਨੀ ਦਿਨੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ, ਖਾਸ ਕਰਕੇ ਨੌਜਵਾਨ ਜਿਹੜੇ ਪੜ੍ਹਨ ਵਾਸਤੇ ਕੈਨੇਡਾ ਦੇ ਵਿੱਚ ਗਏ ਨੇ। ਤੁਸੀਂ ਗੱਲ ਕਰ ਰਹੇ ਸੀ ਕਿ ਉੱਥੇ ਸੁਸਾਇਟੀ ਕਿਸੇ ਵੇਲੇ ਇਹੋ ਜਿਹੇ ਮਾਹੌਲ ਬਣ ਜਾਂਦੇ ਨੇ, ਗਲਤ ਰਸਤੇ ਜਿਹੜੀ ਪੀ ਜਾਂਦੀ ਹੈ, ਪਰਿਵਾਰ ਜਦੋਂ ਬੱਚੇ ਨੂੰ ਭੇਜਦਾ ਹੈ ਉੱਥੇ, ਬੜੀਆਂ ਸੁਪਨੇ ਸੰਜੋਂਦਾ ਹੈ, ਬੜਾ ਕੁਛ ਸੋਚਦਾ ਹੈ ਕਿ ਉਹ ਆਪਣੇ ਸੁਨਹਿਰੇ ਭਵਿੱਖ ਵਾਸਤੇ ਆਪਣੇ ਬੱਚੇ ਨੂੰ ਭੇਜਦਾ ਹੈ, ਕੀ ਕੁਝ ਕਾਰਨ ਜਿਹੜੇ ਉੱਥੇ ਜਾ ਕੇ ਸੁਸਾਇਟੀ ਦੇ ਵਿੱਚ ਗਲਤ ਜਿਹੜੀ ਉਹ ਬੱਚੇ ਪੈ ਜਾਂਦੇ ਨੇ, ਅਤੇ ਉਹਦੇ ਫਿਰ ਨਤੀਜੇ ਕਾਫੀ ਗੰਭੀਰ ਵੀ ਅਸੀਂ ਜਿਹੜੇ ਦੇਖਦੇ ਹਾਂ, ਕੀ ਕਾਰਨ ਮੰਨਦੇ ਹੋ ਤੁਸੀਂ ਅਤੇ ਕੀ ਮੈਸੇਜ ਜਾਂ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ? ਬੱਚਿਆਂ ਨੂੰ ਬਸ ਇਹੀ ਐਡਵਾਈਸ ਦੇਵਾਂਗੀ ਜਿਹੜੇ ਵੀ ਯੂਨੋ ਵੇਖ ਰਹੇ ਨੇ ਅਜੀਤ ਵੈਬ ਟੀਵੀ ਨੂੰ, ਕਿ ਤੁਸੀਂ ਬਾਹਰ ਜਾ ਕੇ ਆਪਣੇ ਮਾਂ ਪਿਓ ਦਾ, ਆਪਣੇ ਫੈਮਿਲੀ ਦਾ, ਆਪਣੇ ਕੌਮ ਦਾ ਤੁਸੀਂ ਨਾਮ ਰੋਸ਼ਨ ਕਰਨਾ ਹੈ। ਅਤੇ ਕੈਨੇਡਾ ਇੱਕ ਇੱਦਾਂ ਦਾ ਦੇਸ਼ ਹੈ ਕਿ ਤੁਸੀਂ ਭਾਵੇਂ ਅਮੀਰ ਹੋ, ਭਾਵੇਂ ਤੁਸੀਂ ਗਰੀਬ ਹੋ, ਭਾਵੇਂ ਤੁਸੀਂ ਪੋਲੀਟੀਸ਼ਨ ਹੋ ਜਾਂ ਭਾਵੇਂ ਤੁਸੀਂ ਵੇਟਰ ਹੋ, ਉੱਥੇ ਜੇ ਤੁਸੀਂ ਮਿਹਨਤ ਕਰੋਗੇ,
ਤੁਸੀਂ ਜਿਹੜੀ ਵੀ ਤੁਹਾਡੀ ਕੋਈ ਇੱਛਾ ਹੈ ਦਿਲ ਦੀ, ਤੁਹਾਡਾ ਜਿਹੜਾ ਵੀ ਕੋਈ ਤੁਹਾਡਾ ਕੋਈ ਸੁਪਨਾ ਹੈ, ਜਿਹੜੀ ਵੀ ਤੁਹਾਡੀ ਕੋਈ ਡਰੀਮ ਹੈ, ਐਨੀਥਿੰਗ ਇਨ ਲਾਈਫ ਇਜ਼ ਪੋਸੀਬਲ ਇਨ ਕੈਨੇਡਾ ਵਿਦ ਹਾਰਡ ਵਰਕ ਐਂਡ ਵਿਦ ਡੈਡੀਕੇਸ਼ਨ ਐਂਡ ਵਿਦ ਡਿਟਰਮੀਨੇਸ਼ਨ. ਸੋ ਯੂ ਹੈਵ ਟੂ ਪੁੱਟ ਯੋਰ ਮਾਇੰਡ ਐਂਡ ਯੋਰ ਹਾਰਟ ਟੂ ਇਟ ਐਂਡ ਯੂ ਹੈਵ ਟੂ ਗਿਵ ਇਟ 150%. ਐਂਡ ਅਸੀਂ ਵੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਉਹ ਕਹਿੰਦੇ ਨੇ ਕਿ ਕੈਨੇਡਾ ਮਿੰਨੀ ਪੰਜਾਬ ਬਣਿਆ ਪਿਆ. ਸੋ ਜਦੋਂ ਸਟੂਡੈਂਟਾਂ ਦਾ, ਬੱਚਿਆਂ ਦਾ ਦਿਲ ਵੀ ਉਦਾਸ ਹੋ ਜਾਂਦਾ, ਯੂ ਨੋ, ਗੁਰੂ ਘਰ ਦੇ ਵਿੱਚ ਜਾ ਸਕਦੇ ਨੇ, ਫੈਮਲੀਆਂ ਨੂੰ ਮਿਲ ਸਕਦੇ ਨੇ, ਅਤੇ ਉੱਥੇ ਇੱਕ ਪਰਿਵਾਰਕ ਮਾਹੌਲ ਹੈ. ਸੋ ਆਈ ਥਿੰਕ ਦਿਸ ਇਜ਼ ਅ ਗ੍ਰੇਟ ਓਪਰਚੁਨਿਟੀ ਇਨ ਕੈਨੇਡਾ ਟੂ ਕਮ ਐਂਡ ਹੈਵ ਦੈਟ ਵੈਰੀ ਸੋਲਿਡ ਫਾਊਂਡੇਸ਼ਨ, ਯੂ ਨੋ, ਆਫ ਹਾਰਡ ਵਰਕ ਐਂਡ ਡਿਟਰਮੀਨੇਸ਼ਨ ਐਂਡ ਆਫ ਫੈਮਲੀ ਐਂਡ ਫੇਥ. ਆਖਰੀ ਸਵਾਲ, ਹਾਂਜੀ, ਫਿਊਚਰ ਬਾਰੇ ਕੀ ਕਹਿਣਾ ਚਾਹੋਗੇ? ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ 'ਤੇ ਰੂਬੀ ਢਾਲਾ ਜੀ ਦਾ ਫਿਊਚਰ ਕੀ ਸੋਚਿਆ ਤੁਸੀਂ? ਮੈਂ ਆਪਣੇ ਆਪ ਨੂੰ ਇੱਕ ਸੇਵਾਦਾਰ ਸਮਝਦੀ ਹਾਂ, ਐਂਡ ਮੈਂ ਛੋਟੀ ਉਮਰ ਤੋਂ, ਯੂ ਨੋ, ਮੇਰੇ ਖਿਆਲ ਦਿਨ ਰਾਤ 365 ਡੇਜ਼ ਅ ਈਅਰ ਮੈਂ ਆਪਣੀ ਕੌਮ ਦੀ, ਆਪਣੀ ਦੇਸ਼ ਦੀ ਸੇਵਾ ਕਰਦੀ ਹਾਂ. ਐਂਡ ਮੇਰੇ ਵਾਸਤੇ ਜਿਹੜੀ ਰਾਜਨੀਤੀ ਹੈ, ਇਟਸ ਨੋਟ ਅਬਾਊਟ ਪਾਵਰ, ਮੇਰੇ ਵਾਸਤੇ ਜਿਹੜੀ ਰਾਜਨੀਤੀ ਹੈ ਇੱਕ ਸੇਵਾ ਦਾ ਮੌਕਾ ਹੈ. ਅਤੇ ਮੈਂ ਕਹਿੰਦੀ ਹਾਂ ਕਿ ਜੇ ਬਾਬਾ ਜੀ ਨੇ ਸਾਨੂੰ ਇੰਨੀ ਮਿਹਰ ਕੀਤੀ ਹੈ ਕਿ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹ ਜਿਹੜੀ ਸੇਵਾ ਮੈਂ ਨਿਭਾਉਣਾ ਚਾਹੁੰਦੀ ਹਾਂ. ਐਂਡ ਆਈ ਹੋਪ ਟੂ ਕੰਟੀਨਿਊ ਟੂ ਸਰਵ, ਟੂ ਕੰਟੀਨਿਊ ਟੂ ਇੰਸਪਾਇਰ especially all of our young people because they are the future with their ideas and their dreams. Thank you, ma'am. Thank you. ਸੋ ਦੋਸਤੋ, ਇਹ ਸਾਨੂੰ ਰੂਬੀ ਢਾਲਾ ਜੀ, ਜਿਨ੍ਹਾਂ ਨੂੰ ਪਹਿਲੀ ਔਰਤ ਐਮ ਪੀ ਸਿੱਖ ਹੋਣ ਦਾ ਮਾਣ ਮਹਿਸੂਸ ਹੋਇਆ ਸੀ, ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਵੀ ਖਾਸ ਕਰਕੇ ਆਪਣੀ ਕੌਮ ਦਾ ਕੋਈ ਰਾਜਨੀਤਿਕ ਸ਼ਖਸੀਅਤ ਉੱਭਰਦੀ ਹੈ ਤਾਂ ਲੋਕਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ. ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਉਮੀਦ ਕਰਾਂਗੇ ਰੂਬੀ ਢਾਲਾ ਜੀ ਦਿਨ ਦੁੱਗਣੀ ਰਾਤ ਚੌਗਣੀ ਜਿਹੜੀ ਆ, ਖਾਸ ਕਰਕੇ ਪੰਜਾਬ ਵਾਸਤੇ, ਸਿੱਖ ਕੌਮ ਵਾਸਤੇ ਦਿਨ ਰਾਤ ਜਿਹੜੀ ਉਹ ਮਿਹਨਤ ਕਰਨਗੇ ਅਤੇ ਉਹਨਾਂ ਨੂੰ ਬਣਦੇ ਨਿਆਂ ਜਿਹੜੇ ਹੱਕ ਨੇ ਉਹ ਦਿਵਾਉਣਗੇ. ਮੈਨੂੰ ਦਿਓ ਇਜਾਜ਼ਤ, ਧੰਨਵਾਦ.